கீர்த்தியை ஏசுஸ் தீப விரோ தீப தா மத்தலப ஹை ரோஷனி சந்தீப் ਉਹਦਾ ਪੂਰਾ ਨਾਮ ਸੰਦੀਪ ਸਿੰਘ ਸੰਦੀਪ ਦਾ ਮਤਲਬ ਕੀ ਅਸ ਜਗ ਦਾ ਸੂਰਜ ਉਹ ਜਿਹੜਾ ਉਹ ਰੋਸ਼ਨੀ ਆ ਉਹ ਨਹੀਂ ਆਪਾਂ ਪੁਜੜਦੇ ਕਿ ਉਹ ਸਾਡੇ ਹਿਰਦਿਆਂ ਚ ਸਦਾ ਹੀ ਰਹਿਣੀ ਚਾਹੀਦੀ ਔਰ ਦੂਜੀ ਗੱਲ ਉਹ ਜਿਵੇਂ ਹੁਣ ਦਸਤਾਰ ਸਜਾਉਣ ਲੱਗ ਗਏ ਦਾੜੀ ਉਹਨਾਂ ਹੁਣ ਰੱਖਣੀ ਸ਼ੁਰੂ ਕਰ ਦਿੱਤੇ ਦੇਖਿਆ ਉਹਦਾ ਸਰੂਪ ਤੁਸੀਂ ਹੁਣ ਬੜਾ ਬੁੱਟਾਂ ਦੇ ਵਿੱਚ ਜਿੱਥੇ ਗਏ ਉਹ ਸਰੂਪ ਦੱਸੋ ਮਹਾਰਾਜ ਦੀ ਹਜ਼ੂਰੀ ਤੇ ਬੈਠੇ ਦੱਸੋ ਵੀ ਉਹ ਸ਼ਹੀਦਾਂ ਵਾਲਾ ਨੂੰ ਰੂਪ ਚੜਿਆ ਸੀ ਕਿ ਨਹੀਂ ਚੜਿਆ ਸੀ ਕੋਈ ਇੱਕ ਬੰਦਾ ਕਹਿੰਦਾ ਵੀ ਨਹੀਂ ਸੀ ਚੜਿਆ ਵੱਡੀਆਂ ਵੱਡੀਆਂ ਰੂਹਾਂ ਜਿਹੜੇ ਨਾ ਕਮਾਈ ਵਾਲੇ ਸਿੰਘ ਭਾਜੀ ਆਸਟ੍ਰੇਲੀਆ ਤੋਂ ਕਿਸ ਦਾ ਫੋਨ ਕਿਸ ਦਾ ਉਹ ਕਹਿੰਦੇ ਵੀ ਉਹਦਾ ਜਿਹੜਾ ਰੂਪ ਇਸ ਵੇਲੇ ਬਣ ਗਿਆ ਸੀ ਔਰ ਵੀਰੋ ਕੱਲ ਮਾਤਾ ਜੀ ਕੋਲ ਜਦੋਂ ਬੈਠੇ ਸੀ ਨਾ ਮਾਤਾ ਜੀ ਨੇ ਕਿਹਾ ਬਾਬੇ ਜਦੋਂ ਧਰਮ ਹੋ ਗਿਆ ਨਾ ਉਹਨੂੰ ਬਹੁਤ ਰੂਪ ਚੜਿਆ ਉਹਦਾ ਜਲਾਲ ਚੱਲ ਨਹੀਂ ਸੀ ਹੁੰਦਾ ਵੀਰੋ ਆ ਉਹ ਹੀ ਜਲਾਲ ਆ ਉਹ ਜਲਾਲੇ ਜਿਹੜਾ ਨਾ ਵਚਨ ਚੇਤੇ ਰੱਖਿਓ ਬਾਣੀ ਨਾਲ ਉਹ ਬਹੁਤ ਜੁੜਿਆ ਹੋਇਆ ਸੀ ਇਹ ਨਹੀਂ ਵੀ ਬਾਣੀ ਨਹੀਂ ਸੀ ਪਰ ਬਹੁਤ ਬਾਣੀ ਉਹ ਪਰ ਦੂਜੀ ਗੱਲ ਉਹ ਅੰਦਰੋਂ ਬਹੁਤ ਪਵਿੱਤਰ ਸੀ ਉਹ ਮੈਲਾ ਨਹੀਂ ਸੀ ਬਹੁਤ ਪਵਿੱਤਰ ਨਹੀਂ ਸੀ ਡਾਕਟਰ ਭੁੱਪਾ ਮਾਰ ਕੇ ਰੂਪ ਹੈ ਇੰਨਾ ਲਓ ਨਹੀਂ ਦੇਖਿਆ ਇਹਦੇ ਇਦਾਂ ਦਾ ਬੰਦਾ ਨਹੀਂ ਦੇਖਿਆ ਸੀ ਡਾਕਟਰ ਦੇ ਬਚਨ ਉਹ ਤਾਂ 50 ਜਾਂਦੇ ਹੋ ਕਹਿੰਦੇ ਇਹੋ ਜਿਹਾ ਮੈਂ ਦੇਖਿਆ ਹੀ ਨਹੀਂ ਵੱਖਰਾ ਹੈ ਸਭ ਉਹਨੂੰ ਵੱਖਰਾ ਰੱਖਣਾ ਦੇਖੋ ਜਿਹੜੀ ਸੰਤਾਂ ਵਾਲੀ ਗੱਲ ਸੰਤ ਜੀ ਉਹ ਸਾਡੇ ਵੱਡੇ ਉਹਨਾਂ ਨੂੰ ਵੱਡੀ ਜਗ੍ਹਾ ਹੀ ਆਪਾਂ ਰੱਖਣਾ ਵੀਰੇ ਦਾ ਉਹਦਾ ਅਦਵੇਰ ਜਿਹੜਾ ਉਹਦੀ ਆਪਣੀ ਕਮਾਈ ਕਿਹੜੀ ਛੋਟੀ ਆ ਉਹਨੇ ਜੋ ਸਾਡੇ ਲਈ ਕੀਤਾ ਵੀਰੋ ਗਰੀਬੀ ਤੋਂ ਉੱਪਰ ਨੂੰ ਚੱਲ ਜਾਣਾ ਆਨੰਦ ਬਣ ਜਾਣਾ ਭੱਠੀ ਜ਼ਿੰਦਗੀ ਛੱਡ ਕੇ ਥੱਲੇ ਨੂੰ ਆ ਜਾਣਾ ਉਹ ਵੀ ਕਿਹਨਾਂ ਲਈ ਪੰਜਾਬ ਵਾਸਤੇ ਉਹ ਆਪਣੇ ਵਾਰ ਉਹਦੇ ਹੁਣ ਵੀ ਚੱਲ ਜਾਂਦਾ ਉਹ ਤਾਂ ਕਰੋੜ ਰੁਪਈਆ ਉਹਦੀ ਫੀਸ ਹੁੰਦੀ ਸੀ ਉਹ ਬੜੇ ਵੱਡੇ ਵੱਡੇ ਘਰਾਣਿਆਂ ਦਾ ਵਕੀਲ ਸੀ ਉਹਨੇ ਕਦੇ ਆਪਣੇ ਮੂੰਹ ਕਿਹਾ ਹੋਏ ਮੈਂ ਏਡਾ ਵੱਡਾ ਵਕੀਲ ਮੈਂ ਤੁਹਾਡੀ ਕੀ ਕਰਾਂ ਉਹਨੇ ਕਦੇ ਚੜਾਇਆ ਅੱਛਾ ਉਹਨੂੰ ਕਹਿੰਦੇ ਨੇ ਮਾੜਾ ਕਿਹਾ ਪਰ ਉਹਨੇ ਕਿਸੇ ਨੂੰ ਕਿਹਾ ਜੇਲ੍ਹ ਚੋਂ ਨਿਕਲਦੀ ਜਿਹਨਾਂ ਨੇ ਉਹਦੇ ਲਈ ਕਿਹਾ ਉਹਨੇ ਕਿਹਾ ਕਹਿੰਦਾ ਨਹੀਂ ਮੇਰੇ ਵੀਰ ਆ ਮੈਂ ਉਹਨਾਂ ਲਈ ਕਰਾਂਗਾ ਵੀਰੋ ਆਓ ਕਿਉਂਕਿ ਅਸੀਂ ਸਟੂਡੀਓ ਦੇ ਵਿੱਚ ਬੰਦੇ ਬੈਠੇ ਆ ਸਾਰੇ ਸਮਾਗਮ ਤੋਂ ਆਏ ਉੱਥੇ ਵੀ ਵਿਆਹਾਂ ਦੇ ਸਮਾਗਮ ਲੋਕਾਂ ਦੇ ਆਮ ਸੰਗਤਾਂ ਦੇ ਉਹ ਵੀਰ ਦੀ ਦੀਪ ਦੀ ਯਾਦ ਵਿੱਚ ਸਮਰਪਿਤ ਹੋ ਗਏ ਸਾਰੇ ਉੱਥੇ ਉਹਦਾ ਹੀ ਭੁੱਲੀ ਜਾਂਦੇ ਹਾਂ ਤੇ ਉਹ ਨਗਮੇ ਰਿਕਾਰਡ ਕਰਦੇ ਹਾਂ ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸਾ ਕਰੀਏ ਤੇ ਤੁਹਾਨੂੰ ਬੇਨਤੀ ਆ ਕੱਲਾ ਕੱਲਾ ਵੀਰ ਨਾ ਵੀਰੋ ਗਮਰਾਹ ਨਾ ਹੋ ਬਹੁਤ ਲੋੜ ਹੈ ਤੁਹਾਡੀ ਉਹ ਵੀਰਾ ਸਾਡਾ ਕਿਸੇ ਨੂੰ ਗਮਰਾਹ ਨਹੀਂ ਸੀ ਕਰਦਾ ਨਾ ਹੁਣ ਦਿੰਦਾ ਸੀ ਤੁਰ ਇੱਕਜੁੱਟ ਰਹਿਣਾ ਇਹ ਜਿਹੜੇ ਵੀਰੇ ਉਹਦੇ ਨਾਲ ਰਹੇ ਆ ਨਾ ਮਨਜੀਤ ਸਿੰਘ ਜੀ ਬੈਠੇ ਆ ਫੌਜੀ ਸਾਹਿਬ ਆ ਜਿਹੜੀ ਵਾਰਸ ਪੰਜਾਬ ਨੇ ਬਣਾਈ ਆ ਉਹਦਾ ਮੁੱਖ ਸੇਵਾਦਾਰ ਸਾਡੇ ਵੀਰੇ ਨੂੰ ਬਣਾਇਆ ਸੀ ਉਹਨੇ ਇਹ ਵੀਰੇ ਆ ਸਗੋਂ ਉਹਦੇ ਕਰਦੇ ਧਰਤੇ ਚਲੋ ਜਦੋਂ ਵੀਰੇ ਹੀ ਸਾਡਾ ਚੱਲ ਗਿਆ ਉਹਦੀ ਸੋਚ ਜਿਹੜੀ ਵੀਰੋ ਮੇਰੇ ਉਹ ਆਪਾਂ ਬਚਾਉਣੀ ਭੈਣੋ ਤੁਸੀਂ ਵੀ ਅਰਦਾਸ ਇੱਕ ਪਰਿਵਾਰ ਅੱਜ ਮੈਂ ਪੁੱਛ ਬੜੀ ਉਹ ਫੋਨ ਆਇਆ ਅਮਰਦੀਪ ਅਮਰ ਵੀਰ ਸਿੰਘ ਜੀ ਗਿੱਲ ਨੂੰ ਬਾਹਰ ਅਮਰਦੀਪ ਸਿੰਘ ਉਹਨਾਂ ਨੂੰ ਕਹਿੰਦੇ ਵੀ ਅਰਦਾਸ ਕਰੋ ਮੇਰਾ ਬੱਚਾ ਨਿੱਕਾ ਜਿਹਾ ਵੀ ਉਹ ਦੀਪ ਵਰਗਾ ਬਣੇ ਔਰ ਦੂਜੀ ਗੱਲ ਕੋਈ ਮਾਪਾ ਨਹੀਂ ਕਹਿ ਸਕਦਾ ਵੀ ਸੋਈ ਦੀਪ ਵਰਗੀ ਬਣਦੇ ਭਗਤ ਸਿੰਘ ਹੋਰਾਂ ਨੂੰ ਆਪਾਂ ਚੇਤੇ ਕਰਦੇ ਕਿਉਂਕਿ ਸਾਡੇ ਇਲਾਕੇ ਦੇ ਨੇ ਜਾਂ ਉਹਦੀ ਸੋਚ ਦੀ ਗੱਲ ਹੀ ਸੀ ਉਹਨੂੰ ਵੀ ਗਮਰਾਹ ਕੀਤਾ ਆ ਪਿੱਛੇ ਜੇ ਉਹ ਆਪਣੇ ਆਪ ਨੂੰ ਬੜਾ ਵੱਡਾ ਲੇਖਕ ਕਹਿੰਦਾ ਸਾਡੇ ਪਿੰਡ ਨੂੰ ਮੇਰੇ ਪਿੰਡ ਨਾਨਕੇ ਆ ਸਾਡੇ ਪਿੰਡ ਵਾਲਿਆਂ ਨੂੰ ਆਰੀਆ ਸਮਾਜੀ ਲੈ ਗਿਆ ਸਾਡੇ ਕਦੇ ਆਰੀਆ ਸਮਾਜੀ ਹੋਇਆ ਹੀ ਨਹੀਂ ਇੱਕ ਤਰਫਾ ਚ ਗਲਤ ਕਰਦੇ ਹੋ ਸਕਦਾ ਕੱਲ ਨੂੰ ਸਾਡੇ ਭਰਾ ਜੀ ਵੀ ਕਰੋ ਇਹਦੇ ਲਈ ਹੁਣ ਤੁਸੀਂ ਤਗੜੇ ਹੋ ਗਏ ਪਹਿਰਾ ਦੇਣਾ ਮਹਾਰਾਜ ਤੋਂ ਵੱਡਾ ਕੋਈ ਨਹੀਂ ਸਤਿਗੁਰਾਂ ਦੇ ਉੱਤੇ ਵੱਡੀ ਆਪਾਂ ਐਨ ਤਕੜੀ ਆਸਥਾ ਰੱਖਣੀ ਆ ਸਤਿਗੁਰੂ ਜੀ ਅਗਵਾਈ ਦਿੰਦੇ ਆ ਉਹਨਾਂ ਦੀ ਇਹ ਗੱਲ ਦੱਸਦੀ ਜੇ ਕੋਈ ਵੀ ਗੱਲ ਹੋਣੀ ਨਾ ਕਹਿੰਦਾ ਮਹਾਰਾਜ ਜੀ ਤੋਂ ਅਰਦਾਸ ਕਰਕੇ ਮਹਾਰਾਜ ਤੋਂ ਖੁਸ਼ ਨੇ ਦੱਸੋ ਜਿੰਨੀਆਂ ਵੀ ਵੀਡੀਓ ਜਿੱਥੇ ਆਪਾਂ ਨੇ ਕਿਤੇ ਵੀ ਕੋਈ ਆਪ ਖੁਦ ਦੀ ਗੱਲ ਕੀਤੀ ਹੋਵੇ ਉਹ ਭਰੋਸੇ ਦੀ ਗੱਲ ਕਰਦਾ ਸੀ ਉਹ ਸ਼ਹੀਦਾਂ ਦੇ ਵਰਤਾਰੇ ਦੀ ਗੱਲ ਕਰਦਾ ਸੀ ਇਹ ਲੋਕ ਤਾਂ ਕਹੀ ਜਾਂਦੇ ਸੀ ਹੁੰਦੇ ਹੀ ਨਹੀਂ ਸ਼ਹੀਦ ਆ ਜਿੰਨੇ ਵੀ ਆ ਤੁਸੀਂ ਸ਼ੰਭੂ
जो मोर्चा लाया दिल देखो जेडे बंदे आले दुआले बराबर मोर्चे ला के फिर नहीं चलन देना उन्होंने भी जो कुछ की कुछ कर गया दसो कि लगेगा उन्हें बुरा भला किया ही नहीं उन्हें किसी नू माड़ा किया ही नहीं डिसिप्लिन जेड़ा ओदे विच रह के बहुत चंगे हो तुसी देखो खासकर अपने इलाके दुआबे अगे ही बंदे पे बाहर चल गए ते होर बहुत घट हो तुसी सारे महाराज दे पुत्र बन जाओ जदों आपां सच नाल जुड़ जाने ना महाराज तो अगवाई शहीदां तो अगवाई रहन लग जाने आ ਉਹ ਫਿਰ ਗਲਤ ਸਾਡੇ ਤੋਂ ਕੁਝ ਕਰਵਾਉਂਦੇ ਹੀ ਨਹੀਂ ਫਿਰ ਤੁਹਾਡੇ ਨਾਮ ਨੂੰ ਵੀ ਚਾਰ ਚੰਨ ਲਾਉਂਦੇ ਜੇ ਜਮਾਰੇ ਕਹਿੰਦੇ ਦੇਖੋ ਮੇਰੇ ਪੁੱਤ ਮੇਰੇ ਨਾਲ ਨੇ ਨਾ ਤੇ ਮਾਂ ਪਿਓ ਜਿਹੜਾ ਆਗਿਆਕਾਰੀ ਪੁੱਤਰ ਹੁੰਦਾ ਫਿਰ ਮਾਂ ਪਿਓ ਨੂੰ ਕਿੰਨਾ ਅਦਬ ਦਿੰਦੇ ਆ ਤੇ ਸਾਡੇ ਪਿਓ ਵਰਗਾ ਕਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਿਤਾ ਜੀ ਪਿਓ ਮਿਲ ਜਾਏ ਕਲਗੀਧਰ ਵਰਗਾ ਮਾਂ ਮਿਲ ਜਾਏ ਹੁਣ ਹੋਰ ਕੀ ਲੈਣਾ ਦੁਨੀਆਂ ਤੋਂ ਜਿਹਨੂੰ ਅਨੰਦਪੁਰ ਸਾਹਿਬ ਗ੍ਰਾਮ ਮਿਲ ਜਾਏ ਆਪਾਂ ਬਣ ਜਾਣਾ ਉਹਦੀ ਜੋ ਇੱਛਾ ਸੀ ਨਾ ਅੰਮ੍ਰਿਤ ਬਾਰੇ ਕਈ ਵਾਰੀ ਗੱਲ ਚੱਲਣੀ ਉਹ ਇਸ ਵੇਲੇ ਬਹੁਤ ਜ਼ਿਆਦਾ ਪਰ ਇੱਕ ਇੱਕ ਵੀਰੋ ਨਿਰਾ ਪੁਰਾ ਸਰੂਪ ਵੇਖ ਕੇ ਕਿਸੇ ਨੂੰ ਭੰਡ ਦੇਣਾ ਇਹ ਵੀ ਜ਼ਿਆਦਤੀ ਹੈ ਸਾਡੀ ਜ਼ਿਆਦਤੀ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਪਤਾ ਉਹਨੂੰ ਕਿੱਡੀ ਵੱਡੀ ਪਾਵਰ ਦੇ ਕੇ ਮੁੜ ਕੇ ਘੱਲਣਾ ਕਿੰਨੀਆਂ ਅਰਦਾਸਾਂ ਵਾਲੀਆਂ ਆਏਗਾ ਉਹਨੂੰ ਆਪਾਂ ਉਹ ਸੋਚ ਐਡੀ ਵੱਡੀ ਬਣਾ ਦਿਆ ਜਦੋਂ ਆਵੇ ਨਾ ਧੰਨਵਾਦ ਕਿਉਂਕਿ ਅਸੀਂ ਪਹੁੰਚਣਾ ਚੰਡੀਗੜ੍ਹ ਤੁਹਾਡਾ ਧੰਨਵਾਦ ਇਸ ਕਰਕੇ ਤੁਸੀਂ ਉੱਠੇ ਹੋ ਤੁਸੀਂ ਜਾਗੇ ਹੋ ਬਸ ਇਕੱਠੇ ਹੋ ਅੱਛਾ ਉਦਰਾ ਚੁਦਰਾ ਨਾ ਮਹਾਰਾਜ ਨੂੰ ਜੇ ਪਿਆਰ ਕਰਨ ਲੱਗ ਜਾਈਏ ਮਹਾਰਾਜ ਇੱਕ ਇੱਡੇ ਰੁਤਬੇ ਦੇ ਦਿੰਦਾ ਨਾ ਸੰਭਲ ਹੀ ਨਹੀਂ ਜਾਂਦੇ ਸਾਨੂੰ ਪਿਆਰ ਕਰਕੇ ਵੇਖੋ ਉਹਦੇ 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 ਸਮਾਨ ਨਾਲ ਐਸੇ ਬਾਹਰੇ ਦੂਜਿਆਂ ਦੇ ਚੱਕੀ ਫਿਰਦੇ ਨਾ ਫਲਾਣਿਆਂ ਦੇ ਮਹਾਰਾਜ ਦੀ ਜਿਹੜੀ ਬਾਣੀ ਬਣ ਜਾਂ ਮਹਾਰਾਜ ਦੀ ਬਾਣੀ ਪਿਆਰ ਤਾਂ ਕਰਕੇ ਵੇਖੋ ਮਹਾਰਾਜ ਵੀ ਕੁਝ ਲਿਖਾਉਂਦੇ ਐ ਦਾਤਾਂ ਲਈ ਜਿਹੜੇ ਰੋਜ ਪੜ੍ਹਦੇ ਦੀਨਦਾ ਦੇ ਲੈਂਦੇ ਤੱਕ ਪਾਏ ਲੈਣ ਵਾਲੇ ਥੱਕਦੇ ਆ ਉਹ ਤਾਂ ਐਡਾ ਭਰਪੂਰ ਖਜ਼ਾਨਾ ਮੁੱਕਦਾ ਹੀ ਨਹੀਂ ਬਹੁਤ ਵੀਰ ਫੌਜੀ ਵੀਰਾ ਜੀ ਵੀਰ ਮਨਜੀਤ ਸਿੰਘ ਜੀ ਇੱਕ ਸੁੱਤੇ ਨਹੀਂ ਉਤਰਦੇ ਦਿਨੇ ਰਾਤ ਪਰੇ ਵਾਹ ਵੀਰ ਮਾਂ ਕੋਲ ਜਾ ਕੇ ਬਹਿੰਦੇ ਨਾ ਉਹ ਇਹ ਮਾਤਾ ਜੀ ਬੇਸ਼ੱਕ ਦੀਪ ਦੇ ਮਨ ਚੜ੍ਹਾਈ ਕਰ ਗਏ ਸੀ ਇਹ ਵੀ ਮਾਤਾ ਜੀ ਇਹ ਇਹਨੇ ਵੀ ਉਹ ਮੈਂ ਹੁਣ ਸ਼ਬਦ ਹੀ ਕਹਿਣਾ ਚਾਹੁੰਦਾ ਆਪਾਂ ਕਹਿੰਦੇ ਮਤਰੇਈ ਮਾਂ ਫਲਾਣਾ ਨਹੀਂ ਇਹ ਮਾਂ ਨੇ ਵੀ ਬਹੁਤ ਪਿਆਰ ਕੀਤਾ ਅੱਧੀ ਰਾਤ ਇਹ ਨਹੀਂ ਚੱਲ ਜਾਣਾ ਅੱਠ ਅੱਠ ਦਸ ਦਸ ਜਣੇ ਕਿਹੜੀ ਮਾਂ ਹੈ ਜਿਹੜੀ ਰੋਜ਼ ਹੀ ਬਾਹਰੋਂ ਨਹੀਂ ਸੀ ਛਕਦਾ ਤੁਹਾਨੂੰ ਵੀ ਬੇਨਤੀ ਘਰ ਦਾ ਛਕੋ ਵਧੀਆ ਛਕੋ ਬਾਹਰ ਦੂਰ ਦੇ ਜਿਹੜੇ ਨਾ ਜਿੱਥੇ ਕੋਈ ਪਾਲਾ ਇਹ ਜ਼ਰੂਰੀ ਆ ਵੀਰ ਔਰ ਅੱਧੀ ਅੱਧੀ ਰਾਤ ਦੇ ਵੀ ਸਿੰਘਾਂ ਨੂੰ ਪ੍ਰਸ਼ਾਦੇ ਛਕਾਈ ਪ੍ਰਭਾਤ ਸਾਰਾ ਬੜਾ ਪਿਆਰਾ ਚਾਚਾ ਜੀ ਵਿਧੀ ਸਿੰਘ ਉਹ ਵੀ ਬੜੀ ਵੱਡੀ ਰੂਹ ਆ ਉਹਦੀ ਬਦੌਲਤ ਇਹਨਾਂ ਨੂੰ ਘਰੋਂ ਬਘਰ ਹੋਣਾ ਪਿਆ ਸੀ ਗੱਲਾਂ ਬਹੁਤ ਨੇ ਛੁੱਪੀਆਂ ਆ ਜਿਹੜੇ ਐਵੇਂ ਉਦੋਂ ਕਰਨ ਲੱਗ ਪਏ ਸੀ ਨਾ ਵੀਰੋ ਉਹ ਚੇਤੇ ਰੱਖਿਓ ਉਹਦੇ ਬਚਨ ਜਿੱਦਣ ਅਸੀਂ ਪਹਿਲਾਂ ਛਕਤਾ ਸੀ ਨਾ ਅੱਧੀ ਰੋਟੀ ਦੇ ਅੱਧੀ ਇੱਕ ਰੋਟੀ ਦੇ ਯੋਗ ਗੁਜ਼ਾਰਾ ਕਰਕੇ ਨਾ ਅੰਤਲੇ ਬੋਲ ਗਿਲਾ ਕੀਤਾ ਵੀ ਸੋਚ ਇਹ ਨਹੀਂ ਹੁੰਦੀ ਕਿ ਕੋਈ ਬੰਨ ਦੇਣਾ ਸਿਗੜਾ ਚ ਗੁਲਾਮੀ ਮਾਨਸਿਕ ਤੌਰ ਤੇ ਹੁੰਦੀ ਤੁਹਾਡੀ ਸੋਚ ਗੁਲਾਮ ਬਣਾਉਂਦੇ ਹੋ ਇਹ ਬਚਨ ਸਮਝਣ ਵਾਲਾ ਜਦੋਂ ਸੋਚ ਹੀ ਗੁਲਾਮੀ ਬਣ ਗਈ ਮੈਂ ਕੀ ਕਰ ਸਕਦਾ ਜੀ ਉਹ ਦੋ ਸੀ ਬਾਬਾ ਬੋਤਾ ਸਿੰਘ ਕਰਦਾ ਸਿੰਘ ਰਾਜ ਕਿਵੇਂ ਕਰਦਾ ਸੀ ਮਰ ਗਏ ਸ਼ਹੀਦ ਹੋ ਗਏ ਪਰ ਮਰ ਕੇ ਵੀ ਨਹੀਂ ਮਰੇ ਦੀਪ ਸਿਸਟਮ ਨੇ ਖਰੀਦਣਾ ਚਾਹਿਆ ਖਰੀਦ ਤੇ ਕਿਹੜੀ ਗੱਲ ਉਹ ਤਾਂ ਸਾਰਾ ਕੁਛ ਛੱਡ ਕੇ ਆਇਆ ਸੀ ਉਹਦੇ ਫੱਕਰ ਬਣ ਗਿਆ ਸੀ ਇੱਕ ਤਾਂ ਹੁੰਦਾ ਨਾ ਉਹਦੇ ਇੱਕ ਮਿੰਟ ਦੀ ਉਹਦੀ ਤਨਖਾਹ ਇੰਨੀ ਸੀ ਉਹਨੂੰ ਲੋੜ ਹੀ ਨਹੀਂ ਸੀ ਉਹ ਫਿਲਮਾਂ ਦੇ ਅੰਦਰ ਉਹਦੀ ਲਗਜ਼ਰੀ ਲਾਈਫ ਸੀ ਆ ਟਿਸ਼ੂ ਪੇਪਰ ਜਿਹੜੇ ਨਾ ਵਧੀਆ ਉਹਦੇ ਨਾਲ ਇਹ ਕਾਰ ਦੀ ਚਾਬੀ ਚੁੱਕਦਾ ਸੀ ਕਿਸੇ ਵੇਲੇ ਦੀ ਏਦਾਂ ਏਦਾਂ ਦੀ ਜ਼ਿੰਦਗੀ ਉਹ ਛੱਡੀ ਸਵਿੱਚ ਵੀ ਬੰਦ ਕਰਨਾ ਨਾ ਉਹ ਟਿਸ਼ੂ ਪੇਪਰ ਦੇ ਨਾਲ ਇੰਨਾ ਏਦਾਂ ਜ਼ਿਆਦਾ ਔਰ ਬੜਾ ਜੇ ਮੈਂ ਤੁਹਾਨੂੰ ਵੀ ਬੇਨਤੀ ਆ ਨੌਜਵਾਨ ਸਿਹਤ ਦਾ ਧਿਆਨ ਰੱਖੋ ਜੇ ਪਿਆਰ ਕਰਦੇ ਹੋ ਨਾ ਇਹ ਸਰੀਰਕ ਪੱਖੋਂ ਜਿਮ ਜਵਾਇਨ ਕਰੋ ਉੱਦਾਂ ਖੇਡੋ ਕੁੱਦੋ ਚੰਗੇ ਪਾਸੇ
और नशा कोई नहीं सी करता जतन बड़े पीते नहीं भंडन दे उसे लिए आप करना आओ आओ रल के अरदास करिए बहुत चढ़ती कला वाले हो बहुत सोहने लगते हो ऐसा समझना कि असि भाई हाँ असि गुरु गोबिंद सिंह के पोते हैं एक दूजे के भरा यह नहीं समझना यह मेरा दुश्मन है मेरा वो दुश्मन बड़े बड़े बने बैठे साडे साडा राखा आप कल गई वाला पूछया भाई मनी सिंह कहो मनी सिंह तेन डर नहीं लगता तू दस दस बंद बंद कटाई जाना मनी सिंह जी कहते कहते डर कहता वे मनी सिंह ना कान का होंगी जो सिर ते कलगिया वाला जो साडे सिर ते हाथी कलगिया वाले का फिर परवाह कहती